ਕਾਂਗਰਸ 6-7-8 ਮੈਂ ਕਦੇ ਨੰਬਰਸ ਪ੍ਰੈਡਿਕਟ ਨਹੀਂ ਕੀਤੇ ਪਰ 6-7-8 ਚਲੋ ਹੁਣ ਤੁਸੀਂ ਪ੍ਰੈਡਿਕਟ ਪ੍ਰਾਈਮ ਮਿਨਿਸਟਰ ਸਾਹਿਬ ਦੇ ਬਿਆਨ ਕਿੱਦਾਂ ਦੇ ਆਏ ਨੇ ਕਿ ਅਗਰ ਆਪਨੇ ਪੰਜੇ ਕੋ ਜਿਤਾਇਆ ਉਹ ਆਪਕਾ ਮੰਗਲ ਸੂਤਰ ਉਤਾਰ ਦੇਗਾ ਤੁਹਾਡੇ ਵੀ ਬਿਆਨ ਦੀ ਜ਼ਿਕਰ ਕਰ ਰਹੇ ਨੇ ਉਹ ਮੇਰਾ ਤਾਂ ਬਹੁਤ ਬਿਹਾਰ ਜਾ ਕੇ ਮੇਰਾ ਤਾਂ ਬਹੁਤ ਲੌਜਿਕ ਹੈ ਜਗਨਜੀਤ ਸਿੰਘ ਮਾਨ ਬੀਜੇਪੀ ਨੂੰ ਵੋਟ ਪਾਉਂਦੇ ਨੇ ਔਰ ਬੀਜੇਪੀ ਇਸ ਦੇਸ਼ ਦਾ ਨੈਕਸਟ ਬਿਗੇਸਟ ਥ੍ਰੈਟ ਹੈ ਟੂ ਮਾਈਨੋਰਿਟੀਜ਼ ਕਿਹਦੀ ਵੋਟ ਕੱਟੋਗੇ ਮੈਂ ਸਭ ਦੀ ਵੋਟ ਕੱਟ ਰਿਹਾ ਮੈਂ ਉੱਥੇ ਆ ਰਿਹਾ ਸੀ ਉਹ ਇੱਥੇ ਅਕਾਲੀ ਦਲ ਦੀ ਇੱਥੇ ਝਾੜੂ ਦੀ ਸਾਰੀ ਵੋਟ ਕੱਟੀ ਜਾ ਬਚ ਗਿਆ ਸੀ ਆਪ ਗੋਲਡੀ ਦੇ ਪਿੰਡਾਂ 'ਚ ਘੁੰਮ ਰਿਹਾ ਸੀ ਔਰ ਲੋਕੀ ਕਹਿੰਦੇ ਜੇ ਗੋਲਡੀ ਨਾਲ ਹੁੰਦਾ ਅਸੀਂ ਤੁਹਾਡੀ ਕੋਈ ਮੀਟਿੰਗ ਨਹੀਂ ਸੀ ਡਜ਼ਨਟ ਮੈਟਰ ਦੇਖੋ ਉਹਨਾਂ ਨੇ ਸਿਮਰਨਜੀਤ ਮਾਨ ਦੀ ਮਦਦ ਇਸ ਕਰਕੇ ਕੀਤੀ ਕਿਉਂਕਿ ਸਿਮਰਨਜੀਤ ਮਾਨ ਨੇ ਇੱਕ ਉਮੀਦਵਾਰ ਖੜਾ ਕੀਤਾ ਸੀ ਉਹਨਾਂ ਨੇ ਆਪਣਾ ਉਮੀਦਵਾਰ ਇੱਕ ਇਹਨਾਂ ਦੇ ਹੱਕ 'ਚ ਬਿਠਾ ਦਿੱਤਾ ਉਹ ਭਾਵਾਂ ਬਿਠਾਉਂਦੇ ਜਾਂ ਨਾ ਬਿਠਾਉਂਦੇ ਵੋਟ ਅੰਮ੍ਰਿਤਪਾਲ ਨੂੰ ਵੈਸੇ ਹੀ ਪੈਣੀ ਆ ਵਕਤ ਵਜਨ ਕਾਂਗਰਸ ਦਾ ਹੈ ਬੀਇੰਗ ਦ ਮੇਜਰ ਅਲਾਇੰਸ ਪਾਰਟਨਰ ਇਫ ਅਗਰ ਸਾਰਾ ਕੁਝ ਠੀਕ ਹੋਇਆ ਤਾਂ ਪ੍ਰਾਈਮ ਮਿਨਿਸਟਰ ਕਾਂਗਰਸ ਪਾਰਟੀ ਦਾ ਬਣੇਗਾ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਸੰਗਰੂਰ 'ਚ ਮੌਜੂਦ ਹਾਂ ਇੱਥੇ ਚੋਣ ਮੈਦਾਨ ਕਾਫੀ ਭਖਿਆ ਹੋਇਆ ਖਰ ਉਮੀਦਵਾਰ ਪ੍ਰਚਾਰ ਕਰ ਰਿਹਾ ਜਿਹਦੇ ਦਾਅਵੇ ਹੋ ਰਹੇ ਨੇ ਅਤੇ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੁਹਾਡੇ ਥੈਂਕ ਯੂ ਸਰ ਕਿਵੇਂ ਦਾ ਚੱਲ ਰਿਹਾ ਪ੍ਰਚਾਰ ਅਤੇ ਕੀ ਉਮੀਦ ਲੱਗਦੀ ਹੈ ਸੰਗਰੂਰ ਦਾ ਮੌਸਮ ਦੇਖ ਕੇ ਤੁਹਾਨੂੰ ਦੇਖੋ ਮੈਂ ਇੱਕ ਮਹੀਨੇ ਤੋਂ ਉੱਤੇ ਪ੍ਰਚਾਰ ਕਰ ਲਿਆ ਆਈ ਮਸਟ ਹੈਵ ਕਵਰਡ ਅਰਾਊਂਡ ਮੋਰ ਦੈਨ 300 ਤੋਂ ਜ਼ਿਆਦਾ ਪਿੰਡ ਜੀ ਔਰ ਸ਼ਹਿਰ ਕਸਬੇ ਇੱਥੇ ਕੀ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਰੈਪੂਟੇਸ਼ਨ ਟਰੈਵਲ ਕਰ ਗਈ ਸੀਗੀ ਕਿ ਖਹਿਰੇ ਨੇ ਪੰਜਾਬ ਦੇ ਹਰ ਮੁੱਦੇ ਨੂੰ ਉਠਾਇਆ ਵਾ ਲੜਿਆ ਵਾ ਭਿੜਿਆ ਔਰ ਸਫ਼ਰ ਵੀ ਕੀਤਾ ਇਹਨੂੰ ਜੇਲ੍ਹ ਵੀ ਜਾਣਾ ਪਿਆ ਉਹ ਵੀ ਮੇਰੇ ਮੁਤਲਕ ਉਹਨਾਂ ਨੂੰ ਸਿਮਪਥੀ ਸੀਗੀ ਸੋ ਆਈ ਥਿੰਕ ਕਿ ਮੈਨੂੰ ਜਿਹੜੀ ਵੋਟ ਪਊਗੀ ਇੱਥੇ ਜਿਹੜੀ ਪੈ ਰਹੀ ਹੈ ਮੇਰੇ ਸਾਹਮਣੇ ਨਜ਼ਰ ਆ ਰਹੀ ਆ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਗਿਆ ਇਟਸ ਨੋਟ ਸੋਲੀ ਕਾਂਗਰਸ ਵੋਟ ਇਟ ਇਜ਼ ਆਲਸੋ ਵੋਟ ਵਿਚ ਇਜ਼ ਜਿਹੜੀ ਦੂਸਰੀਆਂ ਪਾਰਟੀਆਂ ਦੀ ਜਿੱਦਾਂ ਅਕਾਲੀ ਨੇ ਕਿਹਦੀ ਵੋਟ ਕੱਟੋਗੇ ਮੈਂ ਸਭ ਦੀ ਵੋਟ ਕੱਟ ਰਿਹਾ ਮੈਂ ਉੱਥੇ ਆ ਰਿਹਾ ਸੀਗਾ ਉਹ ਇੱਥੇ ਅਕਾਲੀ ਦਲ ਦੀ ਇੱਥੇ ਝਾੜੂ ਦੀ ਸਾਰੀ ਵੋਟ ਕੱਟੀ ਜਾ ਰਹੀ ਹੈ ਕਿਉਂਕਿ ਜਿਵੇਂ ਕਿ ਮੈਂ ਬੰਦੀ ਸਿੰਘਾਂ ਦਾ ਮੁੱਦਾ ਉਠਾਇਆ ਜਿਵੇਂ ਮੈਂ NSA ਦਾ ਵਿਰੋਧ ਕੀਤਾ ਉਹ ਜਿੰਨੀ ਪੰਥਕ ਵੋਟ ਆ ਵੈਦਰ ਦੈਟ ਇਜ਼ ਸਿਮਰਨਜੀਤ ਮਾਨ ਜਾਂ ਜਿਹੜਾ ਰਵਾਇਤੀ ਅਕਾਲੀ ਦਲ ਆ ਉਹ ਵੋਟ ਆਪਾਂ ਨੂੰ ਪਊਗੀ ਜਿਹੜੇ ਮੈਂ ਇਸ਼ੂਜ਼ ਗਵਰਨਮੈਂਟ ਦੇ ਖਿਲਾਫ਼ ਬੋਲਿਆ ਜਿਹੜੇ ਮੈਂ ਧਰਨਿਆਂ ਮੁਜ਼ਾਹਰਿਆਂ 'ਚ ਗਿਆ ਇਹ ਜਿੰਨਾ ਇਨਕਲਾਬ ਦਾ ਨਾਰਾ ਜਿਹਨਾਂ ਲੋਕਾਂ ਨੇ ਲਾਇਆ ਸੀ ਇਹ ਸਾਰੇ ਬੇਸਿਕਲੀ ਜਜ਼ਬਾਤੀ ਅੱਛੇ ਨੌਜਵਾਨ ਨੇ ਜਿਹੜੇ ਝਾੜੂ ਨਾਲ ਸੀਗੇ ਇੱਕ ਤਾਂ ਮੈਂ ਉਹਨਾਂ ਨਾਲ ਕੰਮ ਕੀਤਾ ਹੋਇਆ ਕਾਫੀਆਂ ਨਾਲ ਤਾਂ ਮੇਰੇ ਪਰਸਨਲ ਟੱਚ ਸੀਗਾ ਜਦੋਂ ਮੈਨੂੰ ਹਟਾਇਆ ਵੀ ਉਦੋਂ ਵੀ ਇਹਨਾਂ ਲੋਕਾਂ ਨੇ ਬਹੁਤ ਬੁਰਾ ਬਣਾਇਆ ਸੀਗਾ ਸੋ ਮੈਨੂੰ ਝਾੜੂ ਦੀ ਵੀ ਵੋਟ ਪਊਗੀ ਸੋ ਆਈ ਐਮ ਲਾਈਕ ਮੈਨੂੰ ਪਾਰਟੀ ਤੋਂ ਉੱਤੇ ਉੱਠ ਕੇ ਜੇ ਲੋਕ ਵੋਟ ਪਾ ਰਹੇ ਇਹ ਇੱਕ ਬੜਾ ਅੱਛਾ ਚਿੰਨ੍ਹ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਵੋਟ ਵੀ ਕੱਟ ਰਹੇ ਹੋ ਤੁਸੀਂ ਡੈਫੀਨੇਟਲੀ ਉਹਦੇ 'ਚ ਨਾ ਦੇਖੋ ਲੋਕਾਂ ਨੂੰ ਇਹ ਲੱਗ ਰਿਹਾ ਵਾ ਕਿ ਇਹ ਵੀ ਖਹਿਰਾ ਵੀ ਉਹੀ ਮੁੱਦੇ ਚੱਕਦਾ ਜਿਹੜੇ ਸਿਮਰਨਜੀਤ ਮਾਨ ਥੋੜਾ ਜਿਹਾ ਉਹਨਾਂ ਦੇ ਏਜ ਫੈਕਟਰ ਦਾ ਵੀ ਗੱਲ ਆ ਰਹੀ ਹੈ ਕਿ ਅਸੀਂ 2 ਵਾਰ MP ਬਣਾ ਲਿਆ ਜਦੋਂ ਪਿਛਲੀ ਵਾਰ MP ਬਣੇ ਹੁਣ 1 ਸਾਲ ਦੇ ਉਹਦੇ 'ਚ ਕੋਈ ਮੇਜਰ ਉਹਨਾਂ ਦਾ ਕੋਈ ਪਾਰਲੀਮੈਂਟ ਵਿੱਚ ਅਚੀਵਮੈਂਟ ਨਹੀਂ ਗਈ ਉਹ ਪਿੰਡਾਂ 'ਚ ਕੀ ਆਣ ਕੇ ਕਹਿ ਰਹੇ ਤੁਹਾਨੂੰ ਬੈਂਚ ਦਿੱਤੇ ਨੇ ਤੁਹਾਨੂੰ ਅਸੀਂ ਚੇਅਰਸ ਦਿੱਤੀਆਂ ਵਟ ਐਵਰ ਸਮਾਲ ਥਿੰਗਸ ਸੀ ਦੀਜ਼ ਆਰ ਨੋਟ ਦ ਇਸ਼ੂਜ਼ ਆਫ ਪੰਜਾਬ ਪੰਜਾਬ ਦੇ ਮੁੱਦੇ ਜਿਹੜੇ 8-10 ਮੁੱਦੇ ਵਿੱਚ ਯੂ ਨੋ ਐਮੀਨੇਟ ਫਰੋਮ ਜਿਹੜੀ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਨਾਲ ਸ਼ੁਰੂਆਤੀ ਦੌਰ ਤੋਂ ਔਰ ਲਗਾਤਾਰ ਕਿਸਾਨਾਂ ਦੇ ਅੰਦੋਲਨ ਤੱਕ ਚੱਲ ਰਹੀ ਹੈ ਇਹ ਮੁੱਦਿਆਂ ਦਾ ਬੜਾ ਜ਼ੋਰਦਾਰ ਢੰਗ ਨਾਲ ਉੱਠਣਾ ਪਾਰਲੀਮੈਂਟ ਜ਼ਰੂਰੀ ਹੈ ਤੇ ਸਿਮਰਨਜੀਤ ਸਿੰਘ ਮਾਨ ਫਿਰ ਜਿੱਤ ਰਹੇ ਨੇ ਕਿ ਉਹਨਾਂ ਨਾਲ ਮੁਕਾਬਲਾ ਹੈ ਤੁਹਾਡਾ ਕਿਹਦੇ ਨਾਲ ਮੁਕਾਬਲਾ ਹੈ ਤਾਂ ਦੇਖੋ ਮੁਕਾਬਲਾ ਸਾਡਾ ਅਲੱਗ ਅਲੱਗ ਹੈ ਜੀ ਕਈ ਜਗ੍ਹਾ ਦੇ ਉੱਤੇ ਸ਼ਹਿਰਾਂ ਦੇ ਵਿੱਚ ਚੱਲ ਜਾਓਗੇ ਤਾਂ ਬੀਜੇਪੀ ਨਾਲ ਹੈ ਕਿਉਂਕਿ ਉਹ ਸ਼ਹਿਰਾਂ ਦੇ ਵਿੱਚ ਹਿੰਦੂ ਆਬਾਦੀ ਹੈ ਜੇ ਕਈ ਕਈ ਪਿੰਡਾਂ ਦੇ ਵਿੱਚ ਝਾੜੂ ਨਾਲ ਆ ਕਈ ਪਿੰਡਾਂ ਦੇ ਵਿੱਚ
ਸਿਮਰਨਜੀਤ ਸਿੰਘ ਮਾਨ ਵੈਸੇ ਟਫ ਫਾਈਟ ਕੌਣ ਦੇ ਰਿਹਾ ਹੁਣ ਤੱਕ ਓਵਰਆਲ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਮੈਂ ਫਿਰ ਕਹਿ ਰਿਹਾ ਜਿੱਦਾਂ ਹੁਣ ਮਲੇਰਕੋਟਲਾ ਹੈ ਜਿਹੜਾ ਉੱਥੋਂ ਦਾ ਮੁਸਲਿਮ ਭਾਈਚਾਰਾ ਉਹ ਬੜਾ ਇੰਟੈਲੀਜੈਂਟਲੀ ਵੋਟ ਕਰਨਾ ਚਾਹੁੰਦਾ ਉਹਨਾਂ ਨੂੰ ਪਤਾ ਵਾ ਕਿ ਅਗਰ ਬੀਜੇਪੀ ਨੂੰ ਰੋਕਣਾ ਤਾਂ ਇਹਨੂੰ ਰੋਕਣ ਵਿੱਚ ਇੰਡੀਆ ਗੱਠਜੋੜ ਸਮਰੱਥ ਆ ਇਹ ਜਿਹੜਾ ਗੱਠਜੋੜ ਆ ਜਿਹੜਾ ਇੰਨੀਆਂ ਪਾਵਰਫੁਲ ਪਾਰਟੀਜ਼ ਨੇ ਸ਼ਰਦ ਪਵਾਰ ਮਮਤਾ ਬੈਨਰਜੀ ਲਾਲੂ ਪ੍ਰਸ਼ਾਦ ਐਂਡ ਸਮਾਜਵਾਦੀ ਪਾਰਟੀ ਵੀ ਇਹ ਰੋਕਣਗੇ ਹੁਣ ਉਹਨਾਂ ਨੂੰ ਪਤਾ ਕਿ ਸਿਮਰਨਜੀਤ ਮਾਨ ਇੱਕ ਆਦਮੀ ਕੀ ਕਰੂਗਾ ਪਰ ਉਹ ਤਾਂ ਆਮ ਆਦਮੀ ਪਾਰਟੀ ਨੂੰ ਅਗਰ ਵੋਟ ਕਰਨ ਫਿਰ ਵੀ ਰੁਕ ਸਕਦੇ ਨੇ ਮਲੇਰਕੋਟਲਾ ਆਮ ਆਦਮੀ ਪਾਰਟੀ ਦਾ ਹਲਕਾ ਹੈ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਤੁਹਾਨੂੰ ਵੋਟ ਪਾਣ ਆਮ ਆਦਮੀ ਪਾਰਟੀ ਨੂੰ ਵੋਟ ਪਾਣ ਤੇ ਨੈਸ਼ਨਲ ਲੈਵਲ ਤੇ ਤਾਂ ਠੀਕ ਹੈ ਨਾ ਫਿਰ ਆਮ ਆਦਮੀ ਪਾਰਟੀ ਦੇ MLAs ਵੀ ਬਹੁਤ ਜ਼ਿਆਦਾ ਸਟਰੋਂਗ ਹੈ ਐਂਟੀ ਇਨਕਮਬੈਂਸੀ ਹੈ ਤੁਸੀਂ ਮਲੇਰਕੋਟਲੇ ਦੇ MLA ਦੀ ਜਾ ਕੇ ਪੁੱਛੋ ਤਾਂ ਸਹੀ ਉਹ ਕਹਿੰਦੇ ਜੀ ਇਹ ਸਿਰਫ ਉਹ ਖਾਂਦਾ ਦਾਵਤਾ ਖਾਂਦਾ ਜੀ ਪਾਰਲੀਮੈਂਟ 'ਚ ਕਦੀ ਬੋਲਿਆ ਹੀ ਨਹੀਂਗਾ ਸੋਰੀ ਅਸੈਂਬਲੀ 'ਚ ਸੋ ਇਸ ਕਰਕੇ ਇਹਨਾਂ ਦੀ ਸਟਰੋਂਗ ਐਂਟੀ ਇਨਕਮਬੈਂਸੀ ਔਰ ਜਿਹੜਾ ਜਿਹੜਾ ਇਸ ਵਕਤ ਵਜਨ ਕਾਂਗਰਸ ਦਾ ਹੈ ਬੀਇੰਗ ਦ ਮੇਜਰ ਅਲਾਇੰਸ ਪਾਰਟਨਰ ਇਫ ਅਗਰ ਸਾਰਾ ਕੁਝ ਠੀਕ ਹੋਇਆ ਤਾਂ ਪ੍ਰਾਈਮ ਮਿਨਿਸਟਰ ਕਾਂਗਰਸ ਪਾਰਟੀ ਦਾ ਬਣੇਗਾ ਸੋ ਇਸ ਕਰਕੇ ਕਾਂਗਰਸ ਦਾ ਤੇ ਆਮ ਆਦਮੀ ਦਾ ਪੰਜਾਬ ਬਹੁਤ ਅੰਤਰ ਹੈ ਸਭ ਠੀਕ ਚੱਲ ਰਿਹਾ ਵੈਸੇ ਕਾਂਗਰਸ ਦੇ ਲਈ ਨੈਸ਼ਨਲ ਲੈਵਲ ਤੇ ਮੋਦੀ ਸਰਕਾਰ ਆ ਰਹੀ ਹੈ ਜਾਂ ਇੱਕ ਇੰਡੀਆ ਗੱਠਜੋੜ ਦੀ ਸਰਕਾਰ ਆ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਜਾਂ ਹੋਰ ਦਲ ਨੇ ਨਹੀਂ ਮੇਰੇ ਖਿਆਲ ਇਸ ਇਲੈਕਸ਼ਨ ਵਿੱਚ ਪੋਲਰਾਈਜੇਸ਼ਨ ਬੜੀ ਸਟਰੋਂਗ ਹੋਈ ਹੈ ਡਿਊਰਿੰਗ ਦ ਕੋਰਸ ਆਫ ਇਲੈਕਸ਼ਨ ਪ੍ਰਾਈਮ ਮਿਨਿਸਟਰ ਸਾਹਿਬ ਦੇ ਬਿਆਨ ਕਿੱਦਾਂ ਦੇ ਆਏ ਨੇ ਕਿ ਅਗਰ ਆਪਨੇ ਪੰਜੇ ਕੋ ਜਿਤਾਇਆ ਉਹ ਆਪਕਾ ਮੰਗਲ ਸੂਤਰ ਉਤਾਰ ਲੇਗਾ ਤੁਹਾਡੇ ਵੀ ਬਿਆਨ ਦੀ ਜ਼ਿਕਰ ਕਰ ਰਹੇ ਨੇ ਉਹ ਮੇਰਾ ਤਾਂ ਬਹੁਤ ਬਿਹਾਰ ਜਾ ਕੇ ਮੇਰਾ ਤਾਂ ਬਹੁਤ ਲੌਜੀਕਲ ਬਿਆਨ ਹੈ ਜੀ ਉਹ ਮੈਂ ਐਕਸਪਲੇਨ ਕਰ ਦੂੰਗਾ ਲੇਕਿਨ ਜਿਹੜਾ ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਕਹਿ ਰਿਹਾ ਕਿ ਜੇ ਤੁਸੀਂ ਪੰਜੇ ਨੂੰ ਵੋਟ ਪਾਈ ਔਰਤਾਂ ਨੂੰ ਕਿ ਤੁਹਾਡੇ ਮੰਗਲ ਸੂਤਰ ਉਤਾਰ ਲੇਗਾ ਜਾਂ ਅਗਰ ਤੁਸੀਂ ਵੋਟ ਪਾਈ ਕਾਂਗਰਸ ਨੂੰ ਇਹ ਸਾਰਾ ਦੇਸ਼ ਦਾ ਸਰਮਾਇਆ ਇਕੱਠਾ ਕਰਕੇ ਮੁਸਲਮਾਨਾਂ ਨੂੰ ਦੇ ਦੇਗਾ ਸੋ ਉੱਥੋਂ ਇਹਨਾਂ ਦੀ ਨਜ਼ਰ ਆ ਰਹੀ ਹੈ ਕਿ ਘਬਰਾਹਟ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਕੈਂਪ ਦੇ ਵਿੱਚ ਤੇ ਅਗਰ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੁੜ ਤੋਂ ਗੱਲ ਕਰਾਂ ਤਾਂ ਉਹਨਾਂ ਦੀ ਗੱਲਬਾਤ ਹੋਈ ਹੈ ਕੋਈ ਨਾਰਾਜ਼ਗੀ ਤਾਂ ਨਹੀਂ ਹੈ ਸਿਮਰਨਜੀਤ ਸਿੰਘ ਮਾਨ ਦੀ ਤੁਹਾਡੇ ਨਾਲ ਕਿ ਬਈ ਤੁਸੀਂ ਉਹਨਾਂ ਦੇ ਵੋਟ ਕੱਟਣ ਆ ਗਏ ਹੋ ਪਹਿਲਾਂ ਤਾਂ ਇੱਕ ਸਾਥੀ ਰਹੇ ਹੋ ਤੁਸੀਂ ਉਹਨਾਂ ਨੂੰ ਸਪੋਰਟ ਵੀ ਕਰਦੇ ਰਹੇ ਦੇਖੋ ਐਂ ਤਾਂ ਸਿਮਰਨਜੀਤ ਸਿੰਘ ਮਾਨ ਭੁਲੱਥ ਵਿੱਚ ਹਮੇਸ਼ਾ ਮੇਰੇ ਖਿਲਾਫ ਕੈਂਡੀਡੇਟ ਖੜਾ ਕਰਦੇ ਮੈਂ ਤਾਂ ਨਹੀਂ ਕਦੇ ਗੁੱਸਾ ਕੀਤਾ ਪਰ ਤੁਹਾਡੀ ਵੀ ਪੋਲਿਟਿਕਸ ਜੋ ਹੈ ਸਮੇਂ ਦੇ ਨਾਲ ਬਦਲੀ ਗਈ ਹੈ NSA UAPA ਦੇ ਮੁੱਦੇ ਤੁਸੀਂ ਚੁੱਕੇ ਤੇ ਸਮੇਂ ਦੇ ਨਾਲ ਤੁਹਾਡੀ ਪੋਲਿਟਿਕਸ ਜੋ ਹੈ ਉਹ ਸਿਮਰਨਜੀਤ ਸਿੰਘ ਮਾਨ ਦੀ ਪੋਲਿਟਿਕਸ ਦੇ ਨਾਲ ਕਲੈਸ਼ ਕਰਦੀ ਹੈ ਇਸ ਲਈ ਮੈਂ ਸਵਾਲ ਕੀਤਾ ਕਿਉਂਕਿ ਤੁਸੀਂ ਵੀ ਉਹਨਾਂ ਦਾ ਸਮਰਥਨ ਕਰਦੇ ਰਹੇ ਹੋ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਸਿਰਫ ਬੈਂਚ ਦੀ ਗੱਲ ਕੀਤੀ ਉਹਨਾਂ ਨੇ ਲੋਕ ਸਭਾ 'ਚ ਕਦੇ ਮੁੱਦੇ ਨਹੀਂ ਚੁੱਕੇ ਜੋ ਚੁੱਕਣੇ ਚਾਹੀਦੇ ਸੀ ਅੱਛਾ ਲੋਕ ਸਭਾ 'ਚ ਉਹਨਾਂ ਨੂੰ ਪੁੱਛੋ ਕਿ ਤੁਸੀਂ ਬੀਜੇਪੀ ਨੂੰ ਰਾਸ਼ਟਰਪਤੀ ਦੇ ਵੋਟ ਬੀਜੇਪੀ ਨੂੰ ਪਾਈ ਹੈ ਉਹਨਾਂ ਨੇ ਕਿਤੇ ਮੰਨਿਆ ਉਹਨਾਂ ਨੇ ਕੈਮਰੇ ਦੇ ਨਾਓ ਦੈਟ ਇਜ਼ ਅ ਵੈਰੀ ਡੇਂਜਰਸ ਟ੍ਰੈਂਡ ਅਗਰ ਸਿਮਰਨਜੀਤ ਸਿੰਘ ਮਾਨ ਬੀਜੇਪੀ ਨੂੰ ਵੋਟ ਪਾਉਂਦੇ ਨੇ ਔਰ ਬੀਜੇਪੀ ਇਸ ਦੇਸ਼ ਦਾ ਨੈਕਸਟ ਬਿਗੇਸਟ ਥ੍ਰੈਟ ਹੈ ਟੂ ਮਾਈਨੋਰਿਟੀਜ਼ ਸਿੱਖਾਂ ਨੂੰ ਮੁਸਲਮਾਨਾਂ ਨੂੰ ਅਗਰ ਕਿਸੇ ਤੋਂ ਖਤਰਾ ਹੋ ਉਹ ਬੀਜੇਪੀ ਤੋਂ ਆ ਕਿਉਂਕਿ ਜੇ ਅਗਰ ਉਹਨਾਂ ਦੀ ਗਵਰਨਮੈਂਟ ਬਣ ਗਈ ਵੀ ਆਰ ਨੋਟ ਸ਼ੋਰ ਕਿ ਪੰਜਾਬ ਰਹਿਣ ਦੇਣਗੇ ਸਟੇਟ ਜੇ ਜੰਮੂ ਕਸ਼ਮੀਰ ਤੋੜ ਸਕਦੇ ਪੰਜਾਬ ਵੀ ਤੋੜ ਸਕਦੇ ਨੇ ਯੂਨੀਫਾਰਮ ਸਿਵਲ ਕੋਡ ਵਰਗੇ ਬਹੁਤ ਕੀ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਡਰੈਕੋਨੀਅਨ ਬਿੱਲਸ ਲੈ ਕੇ ਆ ਰਹੇ ਨੇ ਅਗਰ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਹੀ ਬੀਜੇਪੀ ਨੂੰ ਵੋਟ ਪਾਤੀ ਆ ਅਗਰ ਉਹ ਜਿੱਤ ਜਾਣਗੇ ਤਾਂ ਉਹ ਬੀਜੇਪੀ ਦੇ ਨਾਲ ਜਾਣਗੇ ਉਹ ਤਾਂ ਸਾਬਤ ਹੋ ਗਿਆ ਬਿਕੋਜ਼ ਰਾਸ਼ਟਰਪਤੀ ਦੀ ਵੋਟ ਹੁਣ ਤੱਕ ਤਾਂ ਜਦੋਂ ਅਸੀਂ ਉਹਨਾਂ ਦਾ ਇੰਟਰਵਿਊ ਕਰਦੇ ਹਾਂ ਜਿੰਨੇ ਉਹਨਾਂ ਦੇ ਅਸੀਂ ਬਿਆਨ ਸੁਣੇ ਨੇ ਉਹ ਤਾਂ ਬੀਜੇਪੀ ਦੇ ਖਿਲਾਫ ਨੇ ਜਾਂ ਵਿਦੇਸ਼ਾਂ 'ਚ ਜਿਸ ਤਰ੍ਹਾਂ ਕਈ ਸਿੱਖਾਂ ਦੇ ਕਤਲ ਹੋਏ ਨੇ ਤੇ ਉਸ 'ਚ ਵੀ ਉਹ ਭਾਰਤ ਸਰਕਾਰ ਨੂੰ ਘੇਰਦੇ ਨੇ ਉਹ ਮੈਂ ਸਮਝ ਗਿਆ ਪਰ ਇੱਕ ਵੋਟ ਚੋਇਸ ਸੀ ਬਿਟਵੀਨ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਦਾ ਰਾਸ਼ਟਰਪਤੀ ਕੈਂਡੀਡੇਟ ਉਹ ਤਾਂ ਵੋਟ ਉੱਧਰ ਪਾਈ ਹੈ ਨਾ ਕਹਿਣਾ ਕੁਛ ਹੋਰ ਹੁੰਦਾ ਜਦੋਂ ਫੈਸਲਾ ਕੋਲ ਵੋਟ ਪਾਉਣੀ ਆ ਉਹ ਇੱਕ ਇੰਪੋਰਟੈਂਟ ਚੀਜ਼ ਹੈ ਤੇ ਤੁਹਾਨੂੰ ਲੱਗਦਾ ਕਿ ਉਹ ਸਿੱਖਾਂ ਦੇ ਖਿਲਾਫ ਭੁਗਤ ਰਹੇ ਨੇ ਨਹੀਂ ਸਿੱਖਾਂ ਦੇ ਖਿਲਾਫ ਨਹੀਂ ਭੁਗਤ ਰਹੇ ਮੈਂ ਕਹਿ ਰਿਹਾ ਮੈਂ ਕਹਿੰਦਾ ਕਿ ਕੱਲ ਨੂੰ ਉਹ ਜਿੱਤ ਜਾਣ ਫਰਜ਼ ਕਰੋ ਉਹ ਇਹਨਾਂ ਦੀ ਵੋਟ ਬੀਜੇਪੀ ਦੇ ਖਾਤੇ 'ਚ ਆਏਗੀ ਤੇ ਬੀਜੇਪੀ ਕਿਸਾਨਾਂ ਨੂੰ ਕੁੱਟ ਰਹੀ ਆ ਬੀਜੇਪੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਸਾਨੂੰ ਖਤਰਾ ਵਾ
ਕਿ ਅਗਰ ਜੰਮੂ ਕਸ਼ਮੀਰ ਟੁੱਟ ਸਕਦਾ ਪੰਜਾਬ ਵੀ ਟੁੱਟ ਸਕਦਾ, ਬਿਕੋਜ਼ ਬੀਜੇਪੀ ਦੇ ਮਨਸੂਬੇ ਮਾਈਨੋਰਟੀਜ਼ ਦੇ ਖਿਲਾਫ ਔਰ ਫਾਰਮਰਸ ਦੇ ਖਿਲਾਫ ਬਹੁਤ ਕਲੀਅਰ ਕੱਟ ਏਜੰਡਾ। ਇਹੀ ਤਾਂ ਉਹ ਕਹਿੰਦੇ ਨੇ ਜਿੰਨਾ ਅਸੀਂ ਉਹਨਾਂ ਨੂੰ ਸੁਣਦੇ ਜੋ ਗੱਲਾਂ ਤੁਸੀਂ ਕਰ ਰਹੇ, ਇਹੀ ਤਾਂ ਉਹ ਕਹਿੰਦੇ ਨੇ। ਫਿਰ ਤੁਹਾਨੂੰ ਉਹਨਾਂ ਦੀ ਮਨਸ਼ਾ ਤੇ ਕਿਉਂ ਸ਼ੱਕ ਹੈ ਕਿ ਅੱਗੇ ਵੀ ਬੀਜੇਪੀ ਦੇ ਨਾਲ ਭੁਗਤਣਗੇ ਅਗਰ ਜੇ ਉਹਨਾਂ ਨੇ ਵੋਟ ਜੋ ਪਾਈ ਹੈ ਰਾਸ਼ਟਰਪਤੀ ਤੇ, ਉਹਨਾਂ ਨੂੰ ਪੁੱਛੋ ਕਿਸੇ ਵੇਲੇ ਕਿ ਤੁਸੀਂ ਕਿਉਂ ਵੋਟ ਪਾਈ, ਉਹਨਾਂ ਨੇ ਕਿਹਾ ਫਿਰ ਇੱਕ ਲੌਜਿਕ ਕੱਢਿਆ ਕਿ ਆਦਿਵਾਸੀ ਸੀ। ਇਹ ਤਾਂ ਕੱਲ੍ਹ ਨੂੰ ਕੋਈ ਪ੍ਰਾਈਮ ਮਿਨਿਸਟਰ ਬਣੂਗਾ ਆਦਿਵਾਸੀ ਕਹਿਣਗੇ ਮੈਂ ਬੀਜੇਪੀ ਨਾਲ ਤਾਂ ਵਾਂ ਕਿਉਂਕਿ ਆਦਿਵਾਸੀ ਪ੍ਰਾਈਮ ਮਿਨਿਸਟਰ ਹੈ। ਸਾਡਾ ਤਾਂ ਕਲੀਅਰ ਕੱਟ ਏਜੰਡਾ ਹੈ ਨਾ, ਦੈਟ ਵੀ ਆਰ ਅਗੇਂਸਟ ਦੀ ਬੀਜੇਪੀ ਐਂਡ ਇੰਡੀਆ ਅਲਾਇੰਸ ਇਫ ਇਟ ਫੋਰਮਸ ਅ ਗਵਰਨਮੈਂਟ ਵੀ ਵਿਲ ਬੀ ਦ ਮੇਜਰ ਯੂ ਨੋ ਸ਼ੇਅਰ ਹੋਲਡਰ ਇਨ ਦ ਗਵਰਨਮੈਂਟ। ਤੇ ਨਾਰਾਜ਼ਗੀ ਨਹੀਂ ਹੈ ਫਿਰ ਉਹਨਾਂ ਦੀ ਕਿਸੇ ਤਰ੍ਹਾਂ ਦਾ, ਕੋਈ ਉਹਨਾਂ ਦਾ ਕਮਿਊਨੀਕੇਸ਼ਨ ਤੁਹਾਡੇ ਨਾਲ ਹੋਇਆ ਜਾਂ ਉਹਨਾਂ ਦੀ ਟੀਮ ਦਾ? ਵੈਸੇ ਹੁਣ ਤੱਕ ਕਮਿਊਨੀਕੇਸ਼ਨ ਹੈ ਨਹੀਂ ਹੈ, ਲੇਕਿਨ ਉਸ ਤੋਂ ਪਹਿਲਾਂ ਤਾਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਬੈਠਦੇ ਉੱਠਦੇ ਹਾਂ, ਉਹ ਕੋਈ ਗੱਲ ਨਹੀਂ ਹੈਗੀ। ਕਿਉਂਕਿ ਮੇਰੇ ਲੱਖਾ ਸਿਧਾਣਾ ਨਾਲ ਗੱਲ ਹੋਈ ਤੇ ਅਸੀਂ ਸੰਗਰੂਰ ਦੇ ਮੁਕਾਬਲੇ ਬਾਰੇ ਪੁੱਛ ਰਹੇ ਸੀ ਤਾਂ ਉਹ ਕਹਿੰਦੇ ਸੀ ਕਿ ਖਹਿਰਾ ਸਾਹਿਬ ਨੂੰ ਖੜੇ ਨਹੀਂ ਹੋਣਾ ਚਾਹੀਦਾ ਸੀ ਇੱਥੇ, ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ ਵੈਸੇ ਤਾਂ ਸਪੋਰਟ ਕਰਦੇ ਨੇ, ਅਸੀਂ ਵੀ ਕਿਹਾ ਸੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਟਿਕਟ ਮਿਲ ਸਕਦੀ ਹੈ, ਪਰ ਉਹ ਕਹਿੰਦੇ ਨਹੀਂ ਪਾਰਟੀ ਦਾ ਫੈਸਲਾ ਹੈ। ਇਸ ਤਰ੍ਹਾਂ ਦੇ ਗਿਲੇ ਸ਼ਿਕਵੇ ਨੇ, ਮੈਂ ਟਿਕਟ ਤਾਂ ਮੰਗੀ ਨਹੀਂ ਸੀ ਬਿਲਕੁਲ ਵੀ, ਪਰ ਤੁਹਾਨੂੰ ਜਦੋਂ ਪਤਾ ਲੱਗਾ ਜਾਂ ਜਦੋਂ ਚਰਚਾ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਤੁਹਾਡੀ ਟਿਕਟ ਤੋਂ ਪਹਿਲਾਂ, ਉਹ ਕਹਿੰਦੇ ਲੱਖਾ ਸਿਧਾਣਾ ਕਹਿੰਦੇ ਹਾਂ ਮੈਂ ਗੱਲ ਕੀਤੀ ਸੀ ਉਹਨਾਂ ਨਾਲ ਕਿ ਨਾ ਖੜੇ ਹੋਵੋ, ਫਿਰ ਕਹਿੰਦੇ ਨੇ ਪਾਰਟੀ ਦਾ ਫੈਸਲਾ। ਇਹ ਦੱਸੋ ਕਿ ਅਗਰ ਮੈਂ ਨਾ ਖੜਾ ਹੁੰਦਾ ਤੇ ਮਿਸਿਸ ਰਜਿੰਦਰ ਕੌਰ ਪੱਠਲ ਖੜੀ ਹੋ ਜਾਣੀ ਸੀ, ਕਿਸੇ ਨੇ ਤਾਂ ਖੜੇ ਹੋਣਾ ਸੀ ਨਾ, ਕਾਂਗਰਸ ਦੀ ਸੀਟ ਤਾਂ ਖਾਲੀ ਨਹੀਂ ਚੱਲਣੀ। ਪਰ ਮੁੱਦਿਆਂ ਦਾ ਕਲੈਸ਼ ਨਾ ਹੁੰਦਾ, ਸ਼ਾਇਦ ਰਜਿੰਦਰ ਕੌਰ ਪੱਠਲ ਉਹ ਮੁੱਦੇ ਨਹੀਂ ਚੁੱਕਦੇ ਜੋ ਸੁਖਪਾਲ ਸਿੰਘ ਖਹਿਰਾ ਚੁੱਕਦੇ ਨੇ। ਨਹੀਂ ਉਹ ਚਲੋ ਇਹ ਮੰਨ ਲਿਆ ਕਿ ਮੁੱਦੇ ਨਹੀਂ ਚੱਕਦੇ, ਪਰ ਇਹ ਦੱਸੋ ਕਿ ਮਾਨ ਸਾਹਿਬ ਨੇ 8 ਇਲੈਕਸ਼ਨਾਂ ਲੜੀਆਂ ਨੇ, 7 ਪਾਰਲੀਮੈਂਟ ਲੜੀਆਂ, 1 ਉਹਨਾਂ ਨੇ ਲੜੀ ਧਨੌਲੇ ਤੋਂ, ਉਹ 8 ਚੋਂ 6 ਵਾਰ ਹਾਰੇ ਨੇ। ਖਹਿਰਾ ਥੋੜ੍ਹਾ ਇੱਥੇ ਖੜਾ ਸੀਗਾ ਜੀ। ਔਰ ਦੂਜੀ ਗੱਲ ਕਿ ਜਦੋਂ ਵੀ ਮਾਨ ਸਾਹਿਬ ਜਿੱਤੇ, ਜਿੱਦਾਂ ਪਿਛਲੀ ਜਿਮਨੀ ਚੋਣ ਜਿੱਤੇ ਨੇ, ਟਰਾਈ ਟੂ ਅੰਡਰਸਟੈਂਡ ਉਹਨਾਂ ਦੇ ਪਿੱਛੇ ਦੂਸਰੀਆਂ ਪਾਰਟੀਆਂ ਦਾ ਕੇਡਰ ਸਵਿੰਗ ਕਰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦਲੀਲ ਦਿੰਦਾ ਕਿ 2022 ਦੇ ਵਿੱਚ ਵਰਸਟ ਪਰਫਾਰਮੈਂਸ ਹੈ ਕਾਂਗਰਸ ਦੀ, ਮਾੜੀ ਤੋਂ ਮਾੜੀ, ਪੂਰੀ ਤਰ੍ਹਾਂ ਹਾਰ ਰਹੇ ਨੇ, ਪਰ ਫਿਰ ਵੀ ਉਹਨਾਂ ਨੂੰ 9 ਅਸੈਂਬਲੀ ਹਲਕਿਆਂ ਵਿੱਚ 2,18,000 ਵੋਟ ਪਈ। ਅੱਛਾ, ਬਾਅਦ 'ਚ ਗੋਲਡੀ ਲੜਿਆ, ਹੁਣ ਗੋਲਡੀ ਨੂੰ ਲੋਕਾਂ ਨੇ ਲਾਈਟ ਵੇਟ ਸਮਝਿਆ ਕਿ ਨਹੀਂ ਵੋਟ ਪਾਉਣੀ, ਉਹਨੂੰ ਪੈ ਗਈ ਸਿਰਫ 75,000, ਉਹ ਸਾਡੀ 1.5-2 ਲੱਖ ਵੋਟ ਮਾਨ ਸਾਹਿਬ ਨੂੰ ਸਵਿੰਗ ਕੀਤੀ। ਜਦ ਵੀ ਮਾਨ ਸਾਹਿਬ ਜਿੱਤਣਗੇ ਉਹ ਦੂਜੀਆਂ ਪਾਰਟੀ, ਕਿਉਂਕਿ ਇਹਨਾਂ ਦਾ ਆਪਣਾ ਕੇਡਰ ਪੰਜਾਬ ਇੱਥੇ ਸੰਗਰੂਰ ਵਿੱਚ ਕੋਈ 50-55,000 ਹੈ, ਦੈਟਸ ਇਟ। ਸੋ ਹੁਣ ਕਾਂਗਰਸ ਦਾ ਕੇਡਰ ਇਜ਼ ਸੋ ਮੱਚ ਇੰਥੂਜ਼ੀਆਇਸਟ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਇੱਕ ਚੰਗਾ ਉਮੀਦਵਾਰ ਮਿਲਿਆ, ਇੱਕ ਚੰਗਾ ਬੁਲਾਰਾ ਮਿਲਿਆ, ਅਸੀਂ ਖਹਿਰੇ ਦੇ ਨਾਲ ਉਤਸ਼ਾਹਿਤ ਨਹੀਂ। ਜਾਂ ਫਿਰ ਉੱਧਰ ਗੋਲਡੀ ਦਾ ਜਾਣਾ ਵੀ ਤੁਹਾਨੂੰ ਨੁਕਸਾਨ ਪਹੁੰਚਾਊਗਾ? ਨਹੀਂ, ਉਹ ਬਿਲਕੁਲ, ਤੁਸੀਂ ਯਕੀਨ ਕਰਨਾ, ਗੁੱਡ ਰਿਡਨਸ, ਬਚ ਗਏ ਅਸੀਂ। ਆਪ ਗੋਲਡੀ ਦੇ ਪਿੰਡਾਂ 'ਚ ਘੁੰਮ ਰਹੇ ਸੀ ਔਰ ਲੋਕੀ ਕਹਿੰਦੇ ਜੇ ਗੋਲਡੀ ਨਾਲ ਹੁੰਦਾ ਅਸੀਂ ਤੁਹਾਡੀ ਕੋਈ ਮੀਟਿੰਗ ਨਹੀਂ ਸੀ ਕਰਾਉਣੀ। ਉਹਨੇ ਬਹੁਤ ਜ਼ਿਆਦਾ ਵਕਾਰ ਗਵਾਇਆ ਹੋਇਆ ਸੀਗਾ, ਤੁਸੀਂ ਦੇਖੋ ਭਗਵੰਤ ਵੀ ਨਹੀਂ ਵਰਤ ਰਿਹਾ ਉਹਨੂੰ, ਜਿੱਦਣ ਦਾ ਜੁਆਇਨ ਕਰਾਇਆ ਗੋਲਡੀ ਲੱਭਾ ਹੀ ਨਹੀਂ ਵਿਚਾਰਾ। ਪਿੰਡਾਂ 'ਚ ਪ੍ਰਚਾਰ ਕਰ ਰਹੇ ਨੇ, ਹਾਲਾਂਕਿ ਉਹ ਜ਼ੋਰਦਾਰ ਪ੍ਰਚਾਰ ਤਾਂ ਨਹੀਂ ਕਰ ਰਹੇ, ਪਰ ਅਸੀਂ ਉਹਨਾਂ ਦੇ ਪੋਸਟ ਦੇਖਿਆ ਨੇ ਫੇਸਬੁੱਕ ਤੇ, ਥੋੜਾ ਬਹੁਤ ਪ੍ਰਚਾਰ ਤਾਂ ਪਿੰਡਾਂ 'ਚ। ਉਹ ਮੀਤ ਹੀਰ ਨਾਲ ਹੀ ਨਹੀਂ ਲੈ ਕੇ ਗਿਆ ਉਹਨਾਂ ਨੂੰ, ਪੇਪਰ ਫਾਈਲਿੰਗ ਵਾਲੇ ਦਿਨ ਹੀ ਲੈ ਕੇ ਗਿਆ, 3 ਦਿਨ ਪਹਿਲਾਂ ਤੋੜ ਕੇ ਲੈ ਕੇ ਆਏ ਸੀਗੇ। ਸੋ ਦੇ ਆਰ ਨੋਟ ਯੂਜ਼ਿੰਗ ਗੋਲਡੀ ਬਿਕੋਜ਼ ਉਹਦੀ ਨੈਗੇਟਿਵਿਟੀ ਬਹੁਤ ਹੋ ਚੁੱਕੀ ਸੀ। ਵੈਸੇ ਗੋਲਡੀ ਜਦੋਂ ਦੇ ਆਮ ਆਦਮੀ ਪਾਰਟੀ 'ਚ ਗਏ ਨੇ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ ਉਹਨਾਂ ਨਾਲ? ਨਹੀਂ, ਮੇਰੇ ਦੁਬਾਰਾ ਕੀ ਕਰਨੀ ਚੰਗਾ ਨਹੀਂ ਲੱਗਦਾ। ਉਹਨਾਂ ਦੀ ਆਪਣੀ ਗੱਲਬਾਤ ਹੀ ਹੈ ਨਹੀਂ ਭਗਵੰਤ ਨਾਲ। ਆਈ ਐਮ ਟੋਲਡ ਕਿ ਭਗਵੰਤ ਨੇ ਮੁੜ ਕੇ ਫੋਨ ਹੀ ਨਹੀਂ ਚੱਕਿਆ ਜੀ, ਇੱਕ ਫੋਟੋ ਖਿਚਾਈ ਮੁੜ ਕੇ ਫੋਨ ਨਹੀਂ ਚੱਕਿਆ। ਚਲੋ ਇਹ ਅਸੀਂ ਉਹਨਾਂ ਕੋਲੋਂ ਪੁੱਛਾਂਗੇ। ਹੋਰ ਪੰਜਾਬ ਦਾ ਓਵਰਆਲ ਮੁਕਾਬਲਾ ਤੁਹਾਨੂੰ ਕਿਵੇਂ ਲੱਗ ਰਿਹਾ? ਕਾਂਗਰਸ ਇਸ ਵਾਰ ਕਿੰਨੀਆਂ ਸੀਟਾਂ ਲੈ ਕੇ ਜਾ ਰਹੀ ਹੈ? ਆਈ ਥਿੰਕ 4 ਕਾਰਨਰ ਕੰਟੈਸਟ ਵਿੱਚ ਪੰਜਾਬ ਕਾਂਗਰਸ ਵਿਲ ਡੂ ਪ੍ਰੀਟੀ ਵੈਲ, ਅੱਛਾ ਹੋਊਗਾ ਨਤੀਜਾ। 5 ਕਾਰਨਰ ਸੀਟ ਮੁਕਾਬਲਾ ਵੀ ਹੈ ਖਡੂਰ ਸਾਹਿਬ ਦੀ ਸੀਟ ਤੇ, ਉਹ ਕਿਵੇਂ ਦੇਖਦੇ ਹੋ? ਉੱਥੇ ਹੋ ਸਕਦਾ ਵਾ ਕਿਉਂਕਿ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਨੇ। ਆਈ ਕੈਨ ਨਾਟ ਸੇ ਸ਼ੋਰਲੀ ਅਬਾਊਟ ਖਡੂਰ ਸਾਹਿਬ, ਬਟ ਆਈ ਕੈਨ ਸੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ,
ਈਵਨ ਫਤਿਹਗੜ੍ਹ ਸਾਹਿਬ ਇਜ਼ ਅ ਗੁੱਡ ਫਾਈਟ, ਲੁਧਿਆਣਾ ਵੀ ਵਿਲ ਵਿਨ, ਫਿਰੋਜ਼ਪੁਰ ਵੀ ਸ਼ੁੱਡ ਵਿਨ, ਫਰੀਦਕੋਟ ਇਜ਼ ਆਲਸੋ ਫਾਈਟ ਗੁੱਡ ਫਾਈਟ, ਅਤੇ ਇਸ ਤਰ੍ਹਾਂ ਨਾਲ ਸਾਡੀ ਪਰਫੋਰਮੈਂਸ ਚੰਗੀ ਹੈ ਸਾਡੇ ਕੋਲ, ਅਸੀਂ ਵੀ ਮੇਰਾ ਖਿਆਲ ਹੈ ਕਾਂਗਰਸ 6-7-8 ਮੈਂ ਕਦੀ ਨੰਬਰਸ ਪ੍ਰੈਡਿਕਟ ਨਹੀਂ ਕੀਤੇ ਪਰ 6-7-8 ਚਲੋ ਹੁਣ ਤੁਸੀਂ ਪ੍ਰੈਡਿਕਸ਼ਨ ਦੇ ਰਹੇ ਹੋ। ਮੇਰਾ ਮੰਨਣਾ ਵਾ ਕਿ ਚਾਰਾਂ ਪਾਰਟੀਆਂ ਦੇ ਕਿਰਦਾਰ ਦੇਖ ਲਓ ਨਾ, ਜੇ ਝਾੜੂ ਦੀ ਬਹੁਤ ਜ਼ਬਰਦਸਤ ਐਂਟੀ ਇਨਕੰਬੈਂਸੀ ਹੈ, ਸੁਖਬੀਰ ਬਾਦਲ ਉਹਨਾਂ ਦਾ ਦਲ ਉੱਠ ਹੀ ਨਹੀਂ ਰਿਹਾ, ਬੀਜੇਪੀ ਦੀ ਕੋਈ ਖਾਸ ਗੱਲ ਨਹੀਂ, ਤਾਂ ਕੌਣ ਰਹਿ ਗਿਆ ਜਿੱਥੇ? ਸਗੋਂ ਮੇਰੇ 5 ਕੋਰਨਰ ਕੰਟੈਸਟ ਹੈ, ਦਿਸ ਇਜ਼ ਅ ਡਿਫਰੈਂਟ ਸੀਟ, ਜਿੱਥੇ 4 ਕੋਰਨਰ ਕੰਟੈਸਟ ਉੱਥੇ ਤਾਂ ਚੋਇਸ ਹੀ ਬੜੀ ਕਲੀਅਰ ਕੱਟ ਹੈ। ਖਡੂਰ ਸਾਹਿਬ ਦੀ ਮੈਂ ਗੱਲ ਕਰਾਂ ਤਾਂ ਅਸੀਂ, ਮੈਂ ਤੁਹਾਡਾ ਸਲੋਗਨ ਵੀ ਪੜ੍ਹ ਰਹੀ ਸੀ ਕਿ NSA UAP 'ਤੇ ਡਟ ਕੇ ਖੜਿਆ ਖੇਰਾ, ਹੈ ਨਾ? ਸੋ ਇਸ ਤਰ੍ਹਾਂ ਤੁਹਾਡੇ ਸਲੋਗਨ ਚੱਲ ਰਹੇ ਨੇ, ਪਰ NSA ਜਿਸ ਨੌਜਵਾਨ 'ਤੇ ਲੱਗੀ, ਜਿਨ੍ਹਾਂ ਨੌਜਵਾਨਾਂ 'ਤੇ ਲੱਗੀ, ਤੁਸੀਂ ਉਹਨਾਂ ਦੀ ਗੱਲ ਵੀ ਕੀਤੀ, ਅੰਮ੍ਰਿਤਪਾਲ ਦੇ ਪੇਰੈਂਟਸ ਦੇ ਨਾਲ ਤੁਸੀਂ ਖੜ੍ਹੇ ਵੀ ਹੋਏ, ਧਰਨੇ 'ਚ ਸ਼ਾਮਿਲ ਹੋਏ, ਪਰ ਅੰਮ੍ਰਿਤਪਾਲ ਵੀ ਚੋਣ ਲੜ ਰਿਹਾ ਹੈ। ਮੈਂ ਪਿਛਲੀ ਵਾਰ ਵੀ ਤੁਹਾਡੇ ਕੋਲ ਇਹ ਸਵਾਲ ਕੀਤਾ ਸੀ ਕਿ ਤੁਸੀਂ ਉਹਨਾਂ ਦੇ ਚੋਣ ਪ੍ਰਚਾਰ 'ਚ ਜਾਓਗੇ, ਉਹਨਾਂ ਲਈ ਕੈਂਪੇਨ ਕਰੋਗੇ ਜਾਂ ਕਿਸੇ ਤਰ੍ਹਾਂ ਸਪੋਰਟ ਕਰੋਗੇ, ਉਦੋਂ ਤੁਸੀਂ ਕਿਹਾ ਸੀ ਅਜੇ ਤਾਂ ਕੁਝ ਪੱਕਾ ਨਹੀਂ ਹੋਇਆ, ਮੈਂ ਦੇਖਾਂਗਾ ਪਾਰਟੀ ਨਾਲ ਗੱਲ ਕਰਾਂਗਾ, ਅਤੇ ਕੀ ਹੋਰ ਤੁਹਾਨੂੰ ਲੱਗਦਾ? ਮੈਂ ਇੱਦਾਂ ਕਿਸੇ ਦੇ ਬੀਇੰਗ ਏ ਮੈਂਬਰ ਆਫ ਦ ਕਾਂਗਰਸ ਪਾਰਟੀ, ਇਹ ਤਾਂ ਸਾਰਿਆਂ ਨੂੰ ਪਤਾ ਕਿ ਮੈਂ ਜਾ ਨਹੀਂ ਸਕਦਾ, ਪਰ NSA ਦਾ ਵਿਰੋਧ ਮੈਂ ਹਰ ਪਿੰਡ ਹਰ ਮੀਟਿੰਗ ਵਿੱਚ NSA ਦਾ, ਉਹਦਾ ਕਾਰਨ ਇੱਕ ਹੈ ਕਿ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ 'ਤੇ 3-4 NSA ਦੇ ਡਰਕੋਨੀਅਨ ਲਾਅ ਉਹਨਾਂ 'ਤੇ ਵੀ ਲਾਗੂ ਹੋਇਆ। ਉਹਨਾਂ ਨੇ 2 ਕੈਦਾਂ ਤਾਂ ਬਾਹਰ ਕੱਟੀਆਂ, ਅਗਰਤਲਾ ਤ੍ਰਿਪੁਰਾ ਦੀ ਜੇਲ੍ਹ ਵਿੱਚ ਵੈਸਟ ਬੰਗਾਲ ਦੇ ਨੇੜੇ, ਇੱਕ ਉਹਨਾਂ ਨੇ ਕੱਟੀ ਹਜ਼ਾਰੀਬਾਗ ਬਿਹਾਰ 'ਚ। ਸੋ ਆਏ ਨੂੰ ਦਾ ਐਗਨੀ ਮੈਨੂੰ ਪਤਾ ਵਾ ਕਿ NSA ਦਾ ਜਦੋਂ ਲੱਗਦਾ ਤਾਂ ਕਿੰਨੀ ਦਹਿਸ਼ਤ ਦਾ ਮਾਹੌਲ ਤੁਹਾਡੇ ਦਿਮਾਗ 'ਤੇ ਤੁਹਾਡੇ ਪਰਿਵਾਰ 'ਤੇ ਬਣਦਾ, ਤਾਂ ਕਰਕੇ ਮੈਂ NSA ਦਾ ਵਿਰੋਧ ਹਰ ਪਿੰਡ ਹਰ ਸਟੇਜ 'ਤੇ ਇਹਨਾਂ ਦਾ ਨਾਮ ਲੈ ਕੇ ਵੀ ਕਰਦਾ। ਨਾ ਇਟ ਡਜ਼ਨਟ ਮੈਟਰ, ਦੇਖੋ ਉਹਨਾਂ ਨੇ ਸਿਮਰਨਜੀਤ ਮਾਨ ਦੀ ਮਦਦ ਇਸ ਕਰਕੇ ਕੀਤੀ ਕਿਉਂਕਿ ਸਿਮਰਨਜੀਤ ਮਾਨ ਨੇ ਇੱਕ ਉਮੀਦਵਾਰ ਖੜ੍ਹਾ ਕੀਤਾ ਸੀ, ਉਹਨਾਂ ਨੇ ਆਪਣਾ ਉਮੀਦਵਾਰ ਇੱਕ ਇਹਨਾਂ ਦੇ ਹੱਕ 'ਚ ਬਿਠਾ ਦਿੱਤਾ। ਉਹ ਭਾਵਾਂ ਬਿਠਾਉਂਦੇ ਜਾਂ ਨਾ ਬਿਠਾਉਂਦੇ, ਵੋਟ ਅੰਮ੍ਰਿਤਪਾਲ ਨੂੰ ਵੈਸੇ ਹੀ ਪੈਣੀ ਆ ਜਿਹੜੀ ਪੈਣੀ ਆ, ਪਰ ਉਹਨੂੰ ਹੀ ਮੇ ਬੀ ਓਬਲੀਗੇਟਿਡ ਕਿ ਸ਼ਾਇਦ ਸਿਮਰਨਜੀਤ ਮਾਨ ਨੇ ਇੱਕ ਕੈਂਡੀਡੇਟ ਖੜਾ। ਹੁਣ ਕਾਂਗਰਸ ਆਪਣਾ ਕੈਂਡੀਡੇਟ ਥੋੜ੍ਹਾ ਹਟਾ ਸਕਦੀ ਹੈ ਜਿੰਨੀ ਵੀ ਵੋਟ ਪੈਂਦੀ ਆ, ਤਾਂ ਕਰਕੇ ਮੇਰੇ ਉਹਨਾਂ ਨਾਲ ਰਿਲੇਸ਼ਨ ਅੱਛੇ ਆ ਈਵਨ ਨਾਓ। ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿ ਜਦੋਂ ਕਾਂਗਰਸ ਨੇ ਆਪਣਾ ਕੈਂਡੀਡੇਟ ਖੜਾ ਕੀਤਾ, ਕਿਉਂਕਿ ਉਹਨਾਂ ਦੀ ਅਕਾਲੀ ਦਲ ਨੂੰ ਲੈ ਕੇ ਨਾਰਾਜ਼ ਕੀਤਾ ਸੀ ਦੇਖੀ, ਕਿਉਂਕਿ ਪੰਥਕ ਪਾਰਟੀ ਦਾ ਦਾਵਾ ਕਰਦੀ ਹੈ, ਸੋ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ? ਨਾ ਨਾ ਨਾ, ਉਹਨਾਂ ਨੇ ਮੈਨੂੰ ਨਹੀਂ ਕਿਹਾ ਕਿ ਆਪਣਾ ਉਮੀਦਵਾਰ ਬਿਠਾਓ, ਕਿਉਂਕਿ ਉਹਨੂੰ ਪਤਾ ਕਿ ਕਾਂਗਰਸ ਇਜ਼ ਅ ਡਿਫਰੈਂਟ ਪਾਰਟੀ ਤੇ ਨਾ ਮੈਂ ਉਹਨਾਂ ਦਾ ਕੋਈ ਗਿਲਾ ਹੈਗਾ। ਇਲੈਕਸ਼ਨ 1 ਤਰੀਕ ਨੂੰ ਖਤਮ ਹੋ ਜਾਣੀ, ਆਈ ਐਮ ਗੋਇੰਗ ਟੂ ਬੀ ਵਿਦ ਦੈਮ, ਕੱਲ ਨੂੰ ਕੋਈ ਉਹਨਾਂ ਨੂੰ ਵਕੀਲ ਦੀ ਲੋੜ ਆ, ਆਲਰੇਡੀ ਅਸੀਂ ਪਾਈਪਲਾਈਨ ਸੀਗੇ, ਯੂ ਆਰ ਗੈਟਿੰਗ ਟੂ ਦਾ ਹਾਈ ਕੋਰਟ ਫੋਰ ਆਪਣੇ ਉਹਨਾਂ ਦੀ ਡਿਟੈਂਸ਼ਨ ਕੁਆਸ਼ ਕਰਨ ਲਈ, ਮੈਂ ਉਸ ਪਰਿਵਾਰ ਦੀ ਮਦਦ ਕਰ ਹੀ ਰਿਹਾ ਸੀਗਾ, ਗਾਹ ਵੀ ਕਰੂੰਗਾ। ਇਹ ਛੋਟੇ ਜਿਹੇ ਮੁੱਦੇ ਆ ਕਿ ਕਿਹਨੇ ਕਿਹਨੂੰ ਹਰਾਇਆ, ਕਿਹਨੇ ਕਿਹਨੂੰ ਜਿਤਾਇਆ, ਕਿਹੜਾ ਕਿਹਦੇ ਖਿਲਾਫ, ਇਹ ਤਾਂ ਸਾਡੀ 1 ਤਰੀਕ ਤੱਕ ਲੜਾਈ ਹੈ, ਮੁੜ ਕੇ ਤਾਂ ਪੰਜਾਬ ਦੇ ਹੱਕ ਵਿੱਚ ਲੜਾਈ ਫਿਰ ਸ਼ੁਰੂ ਹੋ। ਤੇ ਤੁਹਾਡੇ ਮੁੱਦਿਆਂ ਨੂੰ ਲੋਕ ਐਕਸੈਪਟ ਕਰ ਰਹੇ ਨੇ ਜਿਨ੍ਹਾਂ ਦਾ ਤੁਸੀਂ ਕਾਫੀ ਜ਼ਿਆਦਾ ਸ਼ਹਿਰੀ ਹਲਕਿਆਂ 'ਚ ਵੀ? ਮੈਨੂੰ, ਮੈਂ ਤਾਂ ਹੈਰਾਨ ਹੈ, ਈਵਨ ਜਿਹੜਾ ਸ਼ਹਿਰ ਦਾ ਯੂਥ ਵੀ ਆ ਉਹ ਬੜਾ ਅਟਰੈਕਟਿਡ ਹੈ। ਪ੍ਰੋਬੇਬਲੀ ਮੈਂ ਜੋ ਸੋਸ਼ਲ ਮੀਡੀਆ 'ਤੇ ਕੈਂਪੇਨ ਕੀਤਾ ਉਹਨਾਂ ਨੂੰ ਮੇਰੇ ਤਰੀਕੇਕਾਰ ਕੰਮ ਕਰਨ ਦੇ ਪਸੰਦ ਹੈ ਪੱਕਾ। ਹੋ ਸਕਦਾ ਬਹੁਤ ਡਾਈ ਹਾਰਡ ਸ਼ਹਿਰ ਦਾ ਵੋਟਰ ਮੇ ਬੀ ਥਿੰਕਿੰਗ ਡਿਫਰੈਂਟਲੀ, ਪਰ ਜਿਹੜਾ ਯੂਥ ਹੈ ਹਿੰਦੂ ਕਮਿਊਨਿਟੀ ਦਾ, ਬਿਜ਼ਨਸ ਕਮਿਊਨਿਟੀ ਦਾ, ਉਹ ਬਹੁਤ ਜ਼ਿਆਦਾ ਅਟਰੈਕਟਿਡ ਹੈ ਮੇਰੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ, ਜੇਤੇ ਰਹੇ ਹੋ ਫਿਰ ਤੁਸੀਂ। ਹਾਂਜੀ ਆਫ ਕੋਰਸ। ਠੀਕ ਹੈ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਲਗਾਤਾਰ ਪ੍ਰਚਾਰ 'ਚ ਡਟੇ ਹੋਏ ਨੇ, ਜਿੱਤ ਦਾ ਵੀ ਦਾਅਵਾ ਕਰ ਰਹੇ ਨੇ, ਬਾਕੀ ਫੈਸਲਾ ਤੁਸੀਂ ਕਰਨਾ ਹੈ। ਅਸੀਂ ਵਾਰ ਵਾਰ ਇਹੀ ਕਹਿ ਰਹੇ ਹਾਂ, 1 ਜੂਨ ਨੂੰ ਵੋਟ ਜ਼ਰੂਰ ਕਰੋ, ਕਿਉਂਕਿ ਤੁਹਾਡਾ ਵੋਟ ਹੀ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਜੋ ਹੈ ਉਹ ਫੈਸਲਾ ਕਰੇਗਾ। ਤੁਸੀਂ ਕੀ ਕੁਛ ਕਹਿਣਾ ਚਾਹੋਗੇ ਇਸ ਗੱਲਬਾਤ 'ਤੇ, ਅਤੇ ਸੰਗਰੂਰ ਦਾ ਮੁਕਾਬਲਾ ਤੁਹਾਨੂੰ ਕਿਵੇਂ ਲੱਗ ਰਿਹਾ ਕਮੈਂਟ ਕਰਕੇ ਦੱਸੋ। ਕੈਮਰਾ ਪਰਸਨ ਅਲੀਸ਼ਾ ਦੇ ਨਾਲ ਮੈਂ ਅਰਸ਼ਦੀਪ ਕੌਰ, ਪੰਜਾਬ ਤੱਕ, ਸੰਗਰੂਰ।